केपीडी न्यूज, हक सच और इंसाफ की आवाज। जलंधर च नगर निगम की टीम ने अज नजायज कब्जे हटाने की कार्रवाई करदिया होटल स्काईलार्क च सरकारी जमीन ते कब्जा करके बनाए गए गेट अते रस्ते नू डिच नाल उखाड़ दिता। नगर निगम के अधिकारियों की अगवाई च एक टीम स्काईलार्क होटल वालों किए गए कब्जे नू हटाने लई जिवें ही पहुंची तो होटल प्रबंधकों ने उन्हां दा विरोध करना शुरू कर दिता, पर विरोध के बावजूद निगम ने नजायज़ कब्जे नू उखाड़ दिता। मामले ने सियासी तूल उदों फड़िया जदों विधायक सरबजीत सिंह मक्कड़ भी उत्थे पहुँच गए, जिस तों बाद निगम ने अपनी कार्रवाई रोक दी। ਔਰ ਇਸ ਗੱਲ ਵਾਸਤੇ ਕਾਫੀ ਪਹਿਲਾਂ ਤਾਂ ਪੋਜੀਸ਼ਨ ਇਹਨਾਂ ਨੇ ਕਿਹਾ ਸੀ ਜਦੋਂ ਪੋਜੀਸ਼ਨ ਲੈਣ ਆਏ ਸੀ ਕਿ ਅਸੀਂ ਤਿੰਨ ਢਾਣਾ ਸ਼ੁਰੂ ਕੀਤਾ ਸੀ ਵੀ 3 ਦਿਨਾਂ ਬਾਅਦ ਅਸੀਂ ਢਾ ਲਾਂਗੇ, ਪਰ 3 ਦਿਨ ਹੋ ਗਏ ਸੀ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਇਨ ਬਿਟਵੀਨ ਕਮਿਸ਼ਨਰ ਸਾਹਿਬ ਵੀ ਬਦਲ ਗਏ, ਉਹ ਕਹਿੰਦੇ ਸੀ ਕਿ ਮੈਨੂੰ ਕੇਸ ਸਟੱਡੀ ਕਰਨ ਲਈ ਟਾਈਮ ਦਿੱਤਾ ਜਾਏ। ਉਹਨਾਂ ਨੇ ਜਦੋਂ ਕੇਸ ਸਟੱਡੀ ਕਰ ਲਈ, ਮੈਂ ਫਿਰ ਮਿਲੀ ਸੋਸਾਇਟੀ ਦੇ ਲੋਕ ਵੀ ਮਿਲੇ, ਅਤੇ ਡਿਲੇ ਹੋ ਰਿਹਾ ਸੀ, ਫਿਰ ਮੈਂ ਕਿਹਾ ਸੀ ਮੈਨੂੰ ਹਾਊਸ 'ਚ ਜਾਣਾ ਪਏਗਾ ਵੀ ਹਾਈਕੋਰਟ ਤੋਂ ਕੇਸ ਜਿੱਤਣ ਦੇ ਬਾਵਜੂਦ ਅਸੀਂ ਪੋਜੀਸ਼ਨ ਕਿਉਂ ਨਹੀਂ ਸਰਕਾਰੀ ਜਗ੍ਹਾ 'ਤੇ ਕਰ ਰਹੇ। ਤੋ ਸੋ ਇਸ ਮਾਮਲਾ ਉਹਨਾਂ ਨੇ 15 ਤਰੀਕ ਅੱਜ ਪ੍ਰੋਮਿਸ ਕੀਤਾ ਸੀ ਕਿ ਮੈਂ ਪੋਜੀਸ਼ਨ ਦਵਾਵਾਂਗਾ। ਇਹ ਨਕਸ਼ੇ ਮੁਤਾਬਕ ਜੋ ਸਰਕਾਰੀ ਜਗ੍ਹਾ ਉਹਦਾ ਪੋਜੀਸ਼ਨ ਪੋਜੀਸ਼ਨ ਨਹੀਂ, ਮਤਲਬ ਸਰਕਾਰੀ ਜਗ੍ਹਾ ਨੂੰ ਖੋਲ੍ਹਣਾ ਪਬਲਿਕ। ਇਹ ਮੈਡਮ ਕਾਰਵਾਈ ਕਿਉਂ ਤੱਕ ਚੱਲੇਗੀ? ਪਤਾ ਲੱਗਾ ਕਿ ਇਹਦੇ ਵਿੱਚ ਕਾਫੀ ਦਬਾਅ ਵੀ ਹੈਗਾ ਕਾਰਪੋਰੇਸ਼ਨ ਦੇ ਉੱਪਰ ਕਾਰਵਾਈ ਰੋਕਣ ਨੂੰ ਜਾਂ ਟਾਲਣ ਨੂੰ, ਕੀ ਅੱਜ ਲੱਗਦਾ ਕਿ ਸ਼ਾਮ ਤੱਕ ਸਾਰਾ ਕੁਝ ਕਲੀਅਰ ਹੋ ਜਾਏਗਾ? ਸਰ ਮੇਰੇ ਤੇ ਕੋਈ ਦਬਾਅ ਨਹੀਂ ਹੈ। ਜਦ ਮੈਨੂੰ ਕਮਿਸ਼ਨਰ ਸਾਹਿਬ ਨੇ ਜੇਸੀ ਜੁਆਇੰਟ ਕਮਿਸ਼ਨਰ ਸਾਹਿਬ ਨੇ ਕਮੇਟੀ ਕੀਤਾ ਸੀ ਕਿ 15 ਤਰੀਕ ਤੁਹਾਡਾ ਕੰਮ ਹੋ ਜਾਏਗਾ, ਬਸ ਕੋਈ ਦਬਾਅ ਨਹੀਂ। ਅੱਜ ਮੈਡਮ ਮੰਨਿਆ ਜਾਏ ਕਿ ਅੱਜ ਜਿਹੜੀ ਕਾਰਵਾਈ ਹੈ ਜੋ ਟਿਲ ਐਂਡ ਤੱਕ ਹੋਏਗੀ? ਬਿਲਕੁਲ, ਕਰਵਾ ਕੇ ਜਾਊਂਗਾ। ਸਰ ਇਹ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਫਿਰ ਵਾਪਸ ਜਾ ਰਹੇ ਜਿਹੜੇ ਅੱਜ 3ਜੀ ਵਾਰੀ ਆਏ ਆ ਜੀ ਇਹ ਢਾਣ ਲਈ, ਔਰ ਉਸ ਤੋਂ ਬਾਅਦ ਫਿਰ ਬਿਨਾਂ ਕਬਜ਼ਾ ਲਏ ਪ੍ਰੋਪਰ ਕੀਤੇ ਆ ਫਿਰ ਵਾਪਸ ਜਾ ਰਹੇ ਹੈ। ਹਾਈਕੋਰਟ ਦੇ ਆਰਡਰ ਨੂੰ ਕੁਛ ਨਹੀਂ ਮੰਨਿਆ ਗਿਆ, ਇਹ ਹਾਈਕੋਰਟ ਦੇ ਆਰਡਰ ਹੈ। ਔਰ 3 ਸੜਕਾਂ ਇਹਦੇ ਅੰਦਰ ਸਕਾਈਲਾਕ ਨੇ ਲਿੱਤੀਆਂ ਹੋਈਆਂ, ਔਰ ਆ ਪਾਰਕ ਲਿੱਤਾ ਹੋਇਆ ਜੀ ਕਬਜ਼ਾ ਜਿਹਦੇ 'ਤੇ ਕੀਤਾ ਹੋਇਆ, ਔਰ ਘੱਟ ਤੋਂ ਘੱਟ 50 ਕਰੋੜ ਰੁਪਏ ਦੀ ਪ੍ਰੋਪਰਟੀ ਇਹਨਾਂ ਨੇ ਕਬਜ਼ਾ ਕੀਤਾ, 50 ਕਰੋੜ ਰੁਪਏ ਦੀ ਪ੍ਰੋਪਰਟੀ ਦੇ। ਅੱਛਾ ਜੀ, ਜਿਹੜਾ ਸਰਕਾਰੀ 50 ਕਰੋੜ ਦੇ ਲਈ ਸੁਸਾਇਟੀ ਕੋਲੋਂ ਪੈਸਾ ਲਾ ਰਹੀ ਹੈ, ਔਰ ਪੈਸਾ ਲਾਉਣ ਤੋਂ ਬਾਅਦ ਹਾਈਕੋਰਟ ਦੇ ਆਰਡਰ ਆ ਗਏ, ਲੋਅਰ ਕੋਰਟ, ਸੈਸ਼ਨ ਕੋਰਟ, ਉਸ ਤੋਂ ਬਾਅਦ ਹਾਈਕੋਰਟ। ਜਿਹੜੀ ਸਟੇ ਆਰਡਰ ਦੇ ਕਹਿ ਰਹੇ, ਤੁਹਾਨੂੰ ਸਟੇ ਆਰਡਰ ਦਿਖਾਇਆ ਇਹਨਾਂ ਨੇ? ਕੋਈ ਪੇਪਰ ਨਹੀਂ, ਕੋਈ ਸਟੇ ਆਰਡਰ ਨਹੀਂ ਦਿੱਤਾ ਜੀ। ਜੇ ਹੁੰਦਾ ਤਾਂ ਕਾਰਪੋਰੇਸ਼ਨ ਨੇ ਕੰਮ ਨਾ ਕਰਦੀ, ਸਾਡੇ ਕੌਂਸਲਰ ਕੋਲ ਖੜੇ ਹੋ ਕੇ ਮੈਡਮ ਦਾ ਇਹਨਾਂ ਦੀ ਗੱਲ ਨੀ ਸੁਣ ਰਿਹਾ ਕਾਰਪੋਰੇਸ਼ਨ, ਸਿਰਫ ਇਸ ਕਰਕੇ ਮੱਕੜ ਸਾਹਿਬ ਦੇ ਆਉਣ ਤੋਂ ਪਹਿਲਾਂ ਕਾਰਵਾਈ ਹੋ ਰਹੀ ਸੀ। ਬਿਲਕੁਲ ਹੋ ਰਹੀ ਸੀ, ਮੱਕੜ ਸਾਹਿਬ ਦੇ ਆਉਣ ਤੋਂ ਬਾਅਦ ਹੀ ਕਾਰਵਾਈ ਬੰਦ ਕੀਤੀ ਗਈ ਹੈ। ਉਹਨਾਂ ਨੇ ਕੀ ਤੁਹਾਡੇ ਕੀ ਕਿਹਾ ਅਫੀਸ਼ੀਅਲਸ ਨੂੰ? ਉਹਨਾਂ ਨੇ ਕਾਰਵਾਈ ਰੋਕਣ ਲਈ ਕਿਹਾ ਜੀ ਕਿ ਇਹਦੇ ਲਈ ਕਹਿੰਦੇ ਤੁਸੀਂ ਧੱਕਾ ਕਰ ਰਹੇ ਹੋ, ਜਦਕਿ ਆਹ ਧੱਕਾ ਸਾਡੇ ਨਾਲ ਹੋ ਰਿਹਾ, ਸਾਡੇ ਘਰਾਂ ਦੇ ਰਸਤੇ ਬੰਦ ਹੈ, ਸਾਡੇ ਬੱਚੇ ਸਕੂਲ ਕਾਲਜ ਆਉਣ ਲਈ ਆਵਾਜ਼ ਆ ਰਿਹਾ, ਇਸ ਵੇਲੇ ਦੇਖੋ ਘਰਾਂ ਦੇ ਬਾਹਰ ਅਸੀਂ ਕਾਰ ਵੀ ਨਹੀਂ ਕੱਢ ਸਕਦੇ। ਹੁਣ ਤੁਸੀਂ ਕੀ ਜਾਂਦੇ ਹੋ ਜੀ? ਸਾਡੇ ਰਸਤੇ ਖੋਲ੍ਹੇ ਜਾਣ, ਸਾਨੂੰ ਆ ਸਰਕਾਰੀ ਜਗ੍ਹਾ ਦੇ ਪੋਜੀਸ਼ਨ, ਪਾਰਕਾਂ ਦੇ ਪੋਜੀਸ਼ਨ ਮਿਲਣ। ਕਿੰਨੀ ਸਰਕਾਰੀ ਜਗ੍ਹਾ ਇਹਨਾਂ ਨੇ ਕਬਜ਼ਾ ਕੀਤਾ? ਘੱਟ ਤੋਂ ਘੱਟ ਇਹਨਾਂ ਦੇ 100 ਮਰਲਾ ਸਰਕਾਰੀ ਹੈ। ਇਹਨਾਂ ਤਾਂ ਪਟੇਲ ਹਸਪਤਾਲ ਨੂੰ ਮਿਲ ਗਿਆ, ਪਟੇਲ ਹਸਪਤਾਲ ਨੇ ਵੀ 100 ਮਰਲਾ ਕਬਜ਼ਾ ਕੀਤਾ ਹੋਇਆ ਸਰਕਾਰੀ ਸੜਕਾਂ, ਪਟੇਲ ਹਸਪਤਾਲ ਨੇ ਵੀ ਬੰਦ ਕੀਤੀਆਂ ਹੋਈਆਂ ਉਹਨਾਂ ਦੀ, ਕੋਈ ਵੀ ਅੱਜ ਤੱਕ ਸਾਡੀ ਉੱਥੇ ਪਟੇਲ ਵਾਲਿਆਂ ਦੀ ਵੀ ਸੁਣਵਾਈ ਕੋਰਟਾਂ 'ਚ ਅਸੀਂ ਧੱਕੇ ਖਾਈ ਜਾਂਦੇ, ਆਰਡਰ ਆ ਚੁੱਕੇ ਆ ਉਹਦੀਆਂ ਵੀ ਸੜਕਾਂ ਖੋਲ੍ਹਣ ਦੇ, ਲੇਕਿਨ ਕਾਰਪੋਰੇਸ਼ਨ ਉਹਨੂੰ ਨੋਟਿਸ ਵੀ ਨਹੀਂ ਦੇ ਰਹੀ।
ਹਾਂ ਤੇਰੀਆਂ ਅਸੀਂ ਸੜਕਾਂ ਖੋਲਣੀਆਂ। ਉਹਦਾ ਕਾਰਨ ਕੀ ਹੈ ਜੀ, ਨੋਟਿਸ ਕਿਉਂ ਨਹੀਂ ਦਿੱਤਾ ਜਾ ਰਿਹਾ ਤੁਹਾਡੇ ਨਾਲ? ਉੱਥੇ ਜਾਂ ਤਾਂ ਪੈਸਾ ਚੱਲਦਾ ਜੀ, ਤੁਹਾਨੂੰ ਵੀ ਪਤਾ ਕਾਰਪੋਰੇਸ਼ਨ ਦੇ ਅੰਦਰ ਤੇ ਜਾਂ ਚੱਲਦੀ ਆ ਉੱਥੇ ਭਾਈ ਭਤੀਜਾ ਵਾ ਤੇ ਜਾਂ ਜਿੰਨੇ ਪੋਲੀਟੀਕਲ ਪ੍ਰੈਸ਼ਰ ਕਾਰਨ ਉੱਥੇ ਨਹੀਂ ਹੋ ਰਿਹਾ ਜੀ ਕੁਛ। ਕੋਈ ਰਸਤਾ ਨੀ ਬੋਲ ਰਿਹਾ ਜੀ, ਪ੍ਰਾਈਵੇਟ ਪੈਸੇ ਬੋਲ ਰਿਹਾ, ਸਿਰਫ ਉੱਥੇ ਤੱਕ ਬੋਲ ਰਿਹਾ ਵਾ। ਕਿੰਨਾ ਰਸਤਾ ਹੈਗਾ ਜਿਹੜਾ ਇਹਦੇ ਚ ਕਬਜ਼ਾ ਹੋ ਰਿਹਾ ਹੈਗਾ? ਕੋਈ ਗੱਲ ਨੀ ਹੈ ਜੀ, 20 ਫੀਟ ਦਾ ਰਸਤਾ ਸਿਰਫ ਪ੍ਰੇਮ ਨਿਵਾਸ ਜਿਹੜਾ ਸਾਡਾ ਪੁਰਾਣੀ ਬਿਲਡਿੰਗ ਹੈ ਉੱਥੇ ਤੱਕ ਰਸਤਾ, ਆਹ ਰਸਤਾ ਕੋਈ ਨੀ ਬੋਲ ਰਿਹਾ ਜੀ। ਇਹ ਜਿਹੜੇ ਪਾਰਕ ਦੀ ਗੱਲ ਹੈ, ਕੋਈ ਮੈਨੂੰ ਤਾਂ ਪਤਾ ਨਹੀਂ ਇਹ ਸੱਚ ਹੈਗਾ ਕਿ ਤੁਸੀਂ ਇਹ ਕੇਸ ਹਾਈ ਕੋਰਟ ਵੀ ਲੈ ਕੇ ਗਏ ਸੀ, ਉੱਥੇ ਵੀ ਤੁਸੀਂ ਕੋਈ ਜਵਾਬ ਨਹੀਂ ਦੇ ਪਾਏ, ਉੱਥੇ ਹਾਰ ਗਏ ਸਰ। ਅਕੋਰਡਿੰਗ ਟੂ ਸਟੇ ਡੀ ਸਰ, ਹਜੇ ਕਿੱਥੇ ਸਟੇ ਦੀ ਕਾਪੀ ਸਰ, ਸਟੇ ਵਿਕੇਟ ਦੀ ਕਾਪੀ ਦਿਖਾ ਦਿਓ ਕਿ ਸਟੇ ਨਹੀਂ, ਹਜੇ ਕੋਰਟ ਦੇ ਸਾਡਾ ਮੈਟਰ ਪੈਂਡਿੰਗ ਆ। ਨਹੀਂ ਸਟੇ ਵਿਕੇਟ ਜਿਹੜਾ ਹੋਇਆ ਤੁਹਾਡਾ, ਉਹ ਕਾਪੀ ਤੁਹਾਡੇ ਕੋਲ ਹੈਗੀ? ਵਿਕੇਟ ਗਿਆ ਉਹ ਕਿ ਕਾਰਪੋਰੇਸ਼ਨ ਦੇਤੀ ਕਾਪੀ ਉਹਨੂੰ? ਹੋਲੀ ਟੈਕਨੀਕਲ ਗਰਾਊਂਡ ਤੇ ਹੋਇਆ, ਇੱਕ ਮਿੰਟ ਕਾਰਪੋਰੇਸ਼ਨ ਨੇ ਜਿਹੜੇ ਤੁਹਾਨੂੰ ਹਾਈ ਕੋਰਟ ਦੇ ਆਰਡਰ ਦਿਖਾਏ ਤੁਹਾਨੂੰ ਤੋੜਨ ਦੇ? ਸਰ ਕੋਈ ਆਰਡਰ ਨਹੀਂ ਹੈ, ਦਿਖਾਏ ਉਹਨਾਂ ਨੂੰ ਸਟੇ ਆਰਡਰ, ਸਟੇ ਆਰਡਰ ਦਿਖਾਏ ਸਰ, ਇਹ ਮੰਨਦੇ ਨਹੀਂ ਜੀ ਸਾਡੀ ਗੱਲ। ਨਹੀਂ ਕਾਪੀ ਕਿੱਥੇ ਸਰ, ਸਾਨੂੰ ਮੀਡੀਆ ਨੂੰ ਦਿਖਾਓ ਨਾ, ਕੋਈ ਹੈਲਪ ਨਹੀਂ ਕਰ ਦਿਓ ਸਰ, ਮੀਡੀਆ ਦਿਓ, ਤੁਸੀਂ ਸਾਡਾ ਵੀ ਪੱਖ ਰੱਖੋ ਸਰ, ਦਿਓ ਨਾ ਕਾਪੀ ਦਿਖਾਓ। ਤੁਸੀਂ ਕਹਿ ਰਹੇ ਹੋ ਕਿ ਕਾਰਪੋਰੇਸ਼ਨ ਸਾਡਾ ਧੱਕਾ ਕਰ ਰਹੀ ਹੈ, ਤੁਸੀਂ ਲੈ ਆਓ ਸਰ, ਲੈ ਆਓ ਆਪਾਂ ਦੁਬਾਰਾ ਵਾਈਟ ਕਰਦੇ ਹਾਂ। ਤੁਸੀਂ ਕਹਿ ਰਹੇ ਹੋ ਸਰ ਕਾਗਜ਼ ਦਿਖਾਓ ਪਲੀਜ਼, ਤੁਸੀਂ ਕਹਿ ਰਹੇ ਹੋ ਕਾਰਪੋਰੇਸ਼ਨ ਤੁਹਾਡੇ ਨਾਲ ਧੱਕਾ ਕਰ ਰਹੀ ਹੈ, ਤੁਸੀਂ ਸਟੇ ਆਰਡਰ ਦਿਖਾਏ ਉਹਨਾਂ ਨੂੰ ਸਰ, ਇੱਥੇ ਤਾਂ ਜ਼ਬਰਦਸਤੀ ਆ, ਫਟਾਫਟ ਡੇਟ ਲਿਆਇਆ ਜੀ, ਤੁਸੀਂ ਉਹਨਾਂ ਸਟੇ ਆਰਡਰ ਨੂੰ ਮੌਕਾ ਹੀ ਨਹੀਂ ਦਿਓ ਸਰ। ਇਹ ਤੋਂ ਪਹਿਲਾਂ ਵੀ ਕੋਈ ਡੇਟ ਲੈ ਕੇ ਆਏ ਸੀਗੇ ਉਹ ਸਰ, ਜ਼ਮੀਨ ਇੱਥੇ ਰਹਿਣ, ਜ਼ਮੀਨ ਕਿਹੜੇ ਮੈਂ ਨਾਲ ਲੈ ਜਾਣੀ ਹੈ, ਜ਼ਮੀਨ ਤਾਂ ਇੱਥੇ ਰਹਿਣੀ। ਕਾਗਜ਼ ਸਰ ਦਿਖਾਓ ਨਾ, ਅਸੀਂ ਸਰ ਦੇਖੀਏ ਵੀ ਤੁਹਾਡੇ ਮੈਂ ਪੱਖ ਰੱਖੀਏ ਸਰ, ਸੈਕਿੰਡ ਟਾਈਮ ਤੁਹਾਡੀ ਕਾਰਵਾਈ ਹੋ ਰਹੀ ਨਾ, ਪਹਿਲਾਂ ਵੀ ਹੋ ਚੁੱਕੀ, ਬਾਹਰ ਦੀ ਦੀਵਾਰ ਵੀ ਢਾਈ ਗਈ ਸੀ ਸਰ, ਅੱਜ ਉਦੋਂ ਤੁਸੀਂ ਲਾਈਨ ਨਹੀਂ ਚੱਕੀ ਸਰ, ਬੇਗਰ ਕੋਈ ਆਰਡਰ ਨਹੀਂ ਆਇਆ ਜੀ ਸਰ, ਉਦੋਂ ਤੁਸੀਂ ਲਾਈਨ ਨਹੀਂ ਚੱਕੀ ਜਦੋਂ ਬਾਹਰ ਦੀ ਦੀਵਾਰ ਢਾਈ ਗਈ ਸੀ, ਅੱਜ ਜਦੋਂ ਪੂਰੀ ਕਾਰਵਾਈ ਕਾਰਪੋਰੇਸ਼ਨ ਕਰਨ ਆ ਗਈ, ਤੁਸੀਂ ਕਹਿ ਰਹੇ ਸਾਡੇ ਨਾਲ ਨਜਾਇਜ਼ ਸਰ, ਸਾਡੇ ਨਾਲ ਸੁਣਦਾ ਹੀ ਕੌਣ ਆ ਜੀ ਸਰ, ਨਹੀਂ ਦੀਵਾਰ ਉਹਦੇ ਰਿਗਾਰਡਿੰਗ ਕੋਈ ਐਪਲੀਕੇਸ਼ਨ ਦਿੱਤੀ ਕਾਰਪੋਰੇਸ਼ਨ ਨੂੰ ਕਿ ਸਾਡੀ ਦੀਵਾਰ ਕਿਉਂ ਢਾਈ ਗਈ? ਅਸੀਂ ਸਾਡੀ ਜਿਹੜੀ ਫਾਈਲ ਹੈ ਡਾਇਰੈਕਟਰ ਸਾਹਿਬ ਕੋਲ ਪੈਂਡਿੰਗ ਆ, ਅਸੀਂ ਫਾਈਲ ਸਬਮਿਟ ਕਰਾਈ ਹੋਈ ਉਹਨਾਂ ਕੋਲ। ਹਾਂਜੀ ਜੀ। ਉੱਧਰ ਦੂਜੇ ਪਾਸੇ ਸਕਾਈਲਾਰਕ ਹੋਟਲ ਦੇ ਮੈਨੇਜਰ ਅਰਵਿੰਦ ਵੱਲੋਂ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਫੀਸ ਦੀ ਪੇਸ਼ਕਸ਼ ਕੀਤੀ ਗਈ। ਵੀਡੀਓ ਵਿੱਚ ਦੇਖੋ ਕਿਵੇਂ ਪੱਤਰਕਾਰਾਂ ਨੂੰ ਰਿਸੈਪਸ਼ਨ 'ਚ ਜਾ ਕੇ ਆਪਣੀ ਫੀਸ ਲੈਣ ਦੀ ਗੱਲ ਕਹੀ ਜਾ ਰਹੀ ਹੈ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल KPD News, हक सच और इंसाफ की आवाज़ आपको रखे सबसे आगे।